ਵੈਲਕਮ ਹੈ ਤੁਹਾਡਾ ਅੱਜ ਦੇ ਇਸ ਨਵੇਂ ਵੀਡੀਓ ਦੇ ਵਿੱਚ। ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਵੈਰੀਫਿਕਾ ਦੀ ਪੁੰਟੀ। ਸੋ ਤੁਸੀਂ ਕਿਸ ਤਰ੍ਹਾਂ ਚੈੱਕ ਕਰ ਸਕਦੇ ਹੈਗੇ ਆਪਣੇ ਲਾਇਸੈਂਸ ਦੇ ਪੁਆਇੰਟਸ ਜੇ ਬਾਈ ਚਾਂਸ ਕੱਟੇ ਗਏ ਆ, ਜਾਂ ਵੈਸੇ ਹੀ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਲਾਇਸੈਂਸ ਦੇ ਕਿੰਨੇ ਪੁਆਇੰਟਸ ਨੇ ਅੱਜ ਦੀ ਤਰੀਕ ਦੇ ਵਿੱਚ। ਸੋ ਚਲੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਸੋ ਪਹਿਲਾ ਤਰੀਕਾ ਲਾਇਸੈਂਸ ਦੇ ਪੁਆਇੰਟ ਚੈੱਕ ਕਰਨ ਵਾਸਤੇ ਔਨਲਾਈਨ ਹੈ, ਪਿੰਡੀ ਵੈਰੀਫਿਕਾ ਦੀ ਪੁੰਤੀ ਔਨਲਾਈਨ। ਇਹ ਕਿਸ ਤਰ੍ਹਾਂ ਕਰ ਸਕਦੇ ਹਾਂ, ਇਹ ਤੁਹਾਨੂੰ ਰਜਿਸਟ੍ਰੇਸ਼ਨ ਕਰਨਾ ਪੈਂਦਾ ਹੈ ਫ੍ਰੀ ਕਿੰਦੀ ਰਜਿਸਟ੍ਰੇਸ਼ਨ ਗ੍ਰੈਟੂਇਟਾ ਸੁਲ ਪੁਰਤਾਲੇ ਦੈਲਾ ਆਟੋਮੋਬਿਲਿਸਟਾ। ਤੁਸੀਂ ਗੂਗਲ 'ਤੇ ਇਹ ਲਿਖ ਕੇ ਇਹ ਤੁਹਾਨੂੰ ਨਵਾਂ ਇੱਕ ਵੈਬਸਾਈਟ ਓਪਨ ਹੋ ਜਾਏਗਾ। ਸੋ ਤੁਸੀਂ ਇੱਥੇ ਰਜਿਸਟ੍ਰੇਸ਼ਨ ਕਰਨੀ ਹੈ, ਆਪਣੇ ਨਾਮ ਔਰ ਆਪਣੇ ਸਾਰੀਆਂ ਹੀ ਜਿਹੜੀਆਂ ਇਨਫੋਰਮੇਸ਼ਨ ਤੁਹਾਡੇ ਤੋਂ ਮੰਗੀਆਂ ਜਾਂਦੀਆਂ ਉਹਨਾਂ ਦੇ ਨਾਲ। ਉਸ ਤੋਂ ਬਾਅਦ ਤੁਸੀਂ ਐਂਟਰ ਕਰ ਸਕਦੇ ਹੈਗੇ ਇਸ ਪੁਰਤਾਲੇ 'ਤੇ, ਅਤੇ ਤੁਸੀਂ ਚੈੱਕ ਕਰ ਸਕਦੇ ਹੈਗੇ ਆਪਣੇ ਪੁੰਤੀ ਪਤੈਂਤੇ ਦੇ। ਕਿੰਦੀ ਪਰ ਵੈਰੀਫਿਕਾਰੇ ਪੁੰਤੀ ਦਾ ਲਾ ਪਤੈਂਤੇ ਬਿਜ਼ੋਨੀਆ ਕਲਿੱਕ ਕਾਰੇ। ਸੋ ਤੁਹਾਨੂੰ ਕਲਿੱਕ ਕਰਨਾ ਪੈਣਾ ਜਿੱਥੇ ਲਿਖਿਆ ਲਾਮੀਆ ਸਕੇਦਾ, ਤੁਸੀਂ ਜਿੱਦਾਂ ਸਾਈਡ 'ਤੇ ਫੋਟੋ 'ਚ ਦੇਖ ਸਕਦੇ ਹੈਗੇ ਆ। ਇੱਥੇ ਕਲਿੱਕ ਕਰਕੇ ਤੁਸੀਂ ਜਾ ਸਕਦੇ ਹੈਗੇ ਡਾਇਰੈਕਟਲੀ ਆਪਣੀ ਪ੍ਰੋਫਾਈਲ 'ਤੇ, ਅਤੇ ਉਸ ਤੋਂ ਬਾਅਦ ਤੁਹਾਨੂੰ ਕਲਿੱਕ ਕਰਨਾ ਪੈਣਾ ਹੈਗਾ ਡੋਕੂਮੈਂਟ ਤੋਂ, ਯਾਨੀ ਕਿ ਤੁਸੀਂ ਕਿਹੜੇ ਡਾਕੂਮੈਂਟ 'ਤੇ ਚੈੱਕ ਕਰਨੇ ਚਾਹੁੰਦੇ, ਕਿਹੜੇ ਡਾਕੂਮੈਂਟਸ ਦੇ ਪੁਆਇੰਟਸ ਚੈੱਕ ਕਰਨਾ ਚਾਹੁੰਦੇ ਹਾਂ। ਇਹ ਐਂਡ ਦੇ ਵਿੱਚ ਤੁਹਾਨੂੰ ਕਲਿੱਕ ਕਰਨਾ ਪੈਣਾ ਹੈਗਾ ਇਸ ਤਰਾਤੋ ਕੋਨ ਤੋਂ, ਜਿੱਦਾਂ ਤੁਸੀਂ ਇਸ ਫੋਟੋ 'ਚ ਦੇਖ ਸਕਦੇ ਹੈਗੇ ਪਤੈਂਤ ਇਸ ਤਰਾਤੋ ਕੋਨ ਤੋਂ। ਇਸ ਤਰਾਤੋ ਕੋਨ ਤੋਂ ਯਾਨੀ ਕਿ ਕਿੰਨੇ ਟੋਟਲ ਤੁਹਾਡੇ ਪੁਆਇੰਟਸ ਨੇ ਉਸ ਅੱਜ ਦੀ ਤਰੀਕ ਦੇ ਵਿੱਚ। ਸੋ ਇਹ ਹੈਗਾ ਤੁਹਾਡਾ ਪਹਿਲਾ ਤਰੀਕਾ ਜੇ ਤੁਸੀਂ ਆਪਣੇ ਲਾਇਸੈਂਸ ਦੇ ਪੁਆਇੰਟਸ ਔਨਲਾਈਨ ਦੇਖਣਾ ਚਾਹੁੰਦੇ ਹੋ। ਔਨਲਾਈਨ ਚੈੱਕ ਕਰਨ ਦੇ ਨਾਲ ਤੁਹਾਨੂੰ ਪੂਰਾ ਹੀ ਸਾਰਾ ਹੀ ਪੀਰੀਅਡ ਦਾ ਯਾਨੀ ਕਿ ਸ਼ੋਅ ਹੋ ਜਾਣਾ ਕਿ ਕਦੋਂ ਤੁਹਾਡੇ ਲਾਇਸੈਂਸ ਦੇ ਪੁਆਇੰਟ ਕੱਟੇ ਗਏ, ਕਿੰਨੇ ਕੱਟੇ ਗਏ ਹੈਗੇ, ਔਰ ਇਹ ਵੀ ਸ਼ੋਅ ਹੋ ਜਾਏਗਾ ਜੇ ਤੁਹਾਡੇ ਲਾਇਸੈਂਸ ਦੇ ਪੁਆਇੰਟਸ ਵੱਧ ਗਏ ਨੇ। ਸੋ ਔਨਲਾਈਨ ਤਰੀਕਾ ਬੈਸਟ ਆ ਜੇਕਰ ਤੁਸੀਂ ਪੂਰਾ ਹੀ ਰਿਵਿਊ ਦੇਖਣਾ ਚਾਹੁੰਦੇ ਹੋ ਤੁਹਾਡੇ ਲਾਇਸੈਂਸ ਦਾ। ਦੂਸਰਾ ਤਰੀਕਾ ਲਾਇਸੈਂਸ ਦੇ ਪੁਆਇੰਟਸ ਚੈੱਕ ਕਰਨ ਵਾਸਤੇ ਹੈ, ਉਹ ਹੈਗਾ ਟੈਲੀਫੋਨ ਦੇ ਨਾਲ, ਪਿੰਡੀ ਵੈਰੀਫਿਕਾ ਦੀ ਪੁੰਤੀ ਟੈਲੀਫੋਨਿਕਾ ਮੈਨ 'ਤੇ। ਤੁਸੀਂ ਫੋਨ ਕਰ ਸਕਦੇ ਹੈ ਕਿ ਆਹ ਜਿਹੜਾ ਫੋਨ ਨੰਬਰ ਲਿਖਿਆ ਹੋਇਆ ਇਹ ਸੱਤੇ ਦੇ ਨਹੀਂ ਚੱਲਦਾ ਹੈ, ਅਤੇ ਇਹਦਾ ਨੋਰਮਲ ਕੋਸਟ ਜਿੰਨਾ ਨੋਰਮਲ ਕਾਲ ਜਿੰਨਾ ਇਹਦਾ ਕੋਸਟ ਹੈ, ਇਹ ਨੰਬਰ ਸਿਰਫ ਲੈਂਡਲਾਈਨ ਤੋਂ ਹੀ ਚੱਲਦਾ ਹੈ। ਪਿੰਡੀ ਐਮ ਨੂਮੇਰੋ ਅੱਜ ਸੀ ਪਿਲੇ 16 ਮਹੀਨੇ ਦਾ ਟੈਲੀਫੋਨ ਫੀਸੋ। ਸੋ ਇਹਦੇ ਉੱਪਰ ਜੇ ਅਸੀਂ ਕਾਲ ਕਰਾਂਗੇ ਮੋਸਟ ਪ੍ਰੋਬੇਬਲੀ ਇਹ ਫੋਨ ਤੋਂ ਜਾਂ ਕਿਸੇ ਔਰ ਸਮਾਰਟਫੋਨ ਤੋਂ ਨਹੀਂ ਚੱਲੇਗਾ, ਤੁਹਾਨੂੰ ਲੈਂਡਲਾਈਨ ਤੋਂ ਹੀ ਕਾਲ ਕਰਨੀ ਪੈਣੀ ਹੈ। ਸੋ ਜੇ ਤੁਸੀਂ ਟੈਲੀਫੋਨ ਰਾਹੀਂ ਆਪਣਾ ਲਾਇਸੈਂਸ ਦੇ ਪੁਆਇੰਟ ਚੈੱਕ ਕਰ ਰਹੇ ਹੋ, ਉਹਦੇ ਵਿੱਚ ਤੁਹਾਨੂੰ ਕਿਹਾ ਜਾਏਗਾ ਕਿ ਤੁਸੀਂ ਆਪਣੀ ਡੇਟ ਆਫ ਬਰਥ ਔਰ ਉਸ ਤੋਂ ਬਾਅਦ ਆਪਣੇ ਲਾਇਸੈਂਸ ਦਾ ਨੰਬਰ ਬਿਨਾਂ ਅੱਖਰਾਂ ਤੋਂ ਡਿਜਿਟ ਕਰੋ ਫੋਨ ਤੋਂ, ਤਾਂ ਫਿਰ ਤੁਹਾਡਾ ਟੋਟਲ ਜਿੰਨਾ ਅਮਾਊਂਟ ਆ ਉਹ ਦੱਸ ਦੇਣਗੇ। ਇੱਕ ਓਪਰੇਟਰ ਆ, ਕੰਪਿਊਟਰ ਸਿਸਟਮ ਹੈ, ਅਤੇ ਉਹ ਤੁਹਾਨੂੰ ਦੱਸ ਦੇਣਗੇ ਕਿ ਇਸ ਲਾਇਸੈਂਸ ਦੇ ਨੰਬਰ 'ਤੇ ਇੰਨੇ ਤੁਹਾਡੇ ਪੁਆਇੰਟਸ ਰਹਿੰਦੇ ਨੇ। ਇਸ ਤੋਂ ਜ਼ਿਆਦਾ ਇਨਫੋਰਮੇਸ਼ਨ ਤੁਸੀਂ ਨਹੀਂ ਲੈ ਸਕਦੇ ਹੈਗੇ। ਜੇ ਲਾਇਸੈਂਸ ਦੇ ਪੁਆਇੰਟਸ ਤੁਹਾਡੇ ਕੱਟੇ ਜਾਂਦੇ ਆ, ਤੁਹਾਨੂੰ ਇਹ ਵੀ ਪਤਾ ਹੋ ਗਿਆ ਕਿ ਤੁਸੀਂ ਇਹਨਾਂ ਦੀ ਰਿਕੂਪਰੋ ਕਰ ਸਕਦੇ ਹੈਗੇ। ਰਿਕੂਪਰੋ ਕੀਤੀ ਜਾ ਸਕਦੀ ਹੈਗੀ ਸਪੈਸ਼ਲ ਕੋਰਸਿਸ ਦੇ ਨਾਲ, ਔਰ ਇਹ ਕੋਰਸ ਤੁਸੀਂ ਸਿਰਫ ਆਊਟ ਆਫ ਸਕੁਆਲਾ ਦੇ ਵਿੱਚ ਹੀ ਕਰ ਸਕਦੇ ਹਾਂ। ਕਿਹੜੇ ਕੋਰਸ ਨੇ ਔਰ ਕਿੰਨੇ ਲਾਇਸੈਂਸ ਦੇ ਪੁਆਇੰਟਸ ਤੁਸੀਂ ਰਿਕਵਰ ਕਰ ਸਕਦੇ ਹਾਂ ਇਹ ਇਸ ਸਲਾਈਡ ਦੇ ਵਿੱਚ ਦੇਖ ਲੈਂਦੇ ਹਾਂ। ਇਹ ਟਿਟੋਲਾਰੀ ਦੀ ਪਤੈਂਤੇ ਆ ਏ ਬੀ ਪੋਸਨੋ ਰਿਕੁਪਰਾਰੇ ਫੀਨੋ ਸੈ ਪੁੰਤੀ। ਸੋ ਜਿਨ੍ਹਾਂ ਦੇ ਕੋਲ ਲਾਇਸੈਂਸ ਆ ਔਰ ਬੀ ਆ, ਇਹ ਮੈਕਸੀਮਮ 6 ਪੁਆਇੰਟਸ ਰਿਕਵਰ ਕਰ ਸਕਦੇ ਹੈਗੇ ਆ ਇੱਕ 12 ਘੰਟੇ ਦੇ ਕੋਰਸ ਉਹਦੇ ਨਾਲ। ਕਿੰਦੀ ਕੋਨੂੰ ਕੋਰਸ ਉਹਦੀ 2-6 ਓਰ ਹੈ, ਜਿਹੜੇ ਕੋਨੂੰ ਚੈਂਤੀ ਪ੍ਰੋਫੈਸ਼ਨਲ ਹੀ ਆ। ਸੋ ਜਿਹੜੇ ਸੀ ਲਾਇਸੈਂਸ ਜਾਂ ਏ ਲਾਇਸੈਂਸ ਜਾਂ ਡੀ ਲਾਇਸੈਂਸ ਵਾਲੇ ਡਰਾਈਵਰ ਨੇ ਉਹ ਰਿਕੁਪਰਾਰੇ ਕਰ ਸਕਦੇ ਹੈਗੇ 9 ਪੁੰਤੀ ਇੱਕ ਕੋਰਸ 18 ਘੰਟੇ ਦੇ, ਜਿਹੜਾ 18 ਘੰਟਿਆਂ ਦਾ ਹੈ। ਜਿਹੜੇ ਚੀਕੂਚੀ ਵਾਲੇ ਡਰਾਈਵਰਸ ਨੇ ਉਹ 20 ਓਰੇ ਦਾ ਕੋਰਸ ਕਰਕੇ 9 ਪੁੰਤੀ ਰਿਕੁਪਰਾਰੇ ਕਰ ਸਕਦੇ ਆ। ਸੋ ਇਹ ਹੈਗੇ ਸਾਡੇ ਕੋਰਸਿਸ, ਔਰ ਮੈਕਸੀਮਮ ਤੁਸੀਂ ਇੰਨੇ ਹੀ ਪੁਆਇੰਟਸ ਰਿਕਵਰ ਕਰ ਸਕਦੇ ਹੈਗੇ। ਯਾਦ ਰੱਖਣਾ ਇਹ ਕੋਰਸਿਸ ਸਿਰਫ ਆਊਟ ਆਫ ਸਕੁਆਲਾ ਦੇ ਵਿੱਚ ਹੀ ਕੀਤੇ ਜਾਂਦੇ ਹੈਗੇ, ਔਰ ਕਿਤੇ ਨਹੀਂ। ਸੋ
ਇਸ ਸਲਾਈਡ ਤੋਂ ਗਾਂ ਅਸੀਂ ਦੇਖ ਲੈਂਦੇ ਹਾਂ ਕਿ ਸਾਡੇ ਕਿੰਨੇ ਲਾਇਸੈਂਸ ਦੇ ਪੁਆਇੰਟ ਕੱਟੇ ਜਾ ਸਕਦੇ ਹੈ ਕਿ ਜੇ ਅਸੀਂ ਕੋਈ ਕਾਨੂੰਨ ਤੋੜਦੇ ਹਾਂ। ਇਹ ਅਸੀਂ ਸਿਰਫ ਇਨਫੋਰਮੇਸ਼ਨ ਦੇ ਤੌਰ ਤੇ ਦੇ ਰਹੇ ਹਾਂ ਕਿ ਜਿਹੜੇ ਲਾਅ ਹੈ ਜਾਂ ਰੂਲ ਹੈ ਚੇਂਜ ਹੋ ਸਕਦੇ ਹੈ, ਔਰ ਅਸੀਂ ਸਿਰਫ ਇੱਕ ਇਨਫੋਰਮੇਸ਼ਨ ਦੇਣ ਦੇ ਤੌਰ ਤੇ ਵਿੱਚ ਤੁਹਾਨੂੰ ਦੱਸ ਰਹੇ ਹਾਂ। ਸੋ ਸਾਡੇ ਲਾਇਸੈਂਸ ਦੇ ਪੁਆਇੰਟ 10 ਤੱਕ ਕੱਟੇ ਜਾ ਸਕਦੇ ਹੈਗੇ ਆ ਜੇਕਰ ਅਸੀਂ ਆਹ ਕਾਨੂੰਨ ਤੋੜਾਂਗੇ। ਇਹਨਾਂ ਨੂੰ ਅਸੀਂ ਬਰੀਫਲੀ ਦੇਖ ਲੈਂਦੇ ਹਾਂ। ਗਾਰੇ ਦੀ ਵਿਲੋਚਿਤਾ, ਸੋ ਜੇ ਅਸੀਂ ਸਪੀਡ ਦੀਆਂ ਰੇਸਾਂ ਲਾਵਾਂਗੇ, ਜੇ ਅਸੀਂ ਰੋਡ ਦੇ ਉੱਪਰ ਰੇਸ ਲਗਾਵਾਂਗੇ ਕਿਸੇ ਔਰ ਕਾਰ ਦੇ ਨਾਲ, ਤਾਂ ਸਾਡੇ 10 ਪੁਆਇੰਟ ਕੱਟੇ ਜਾ ਸਕਦੇ ਆ। ਐਕਸੈਸੋ ਦੀ ਵੇਲੋਚਿਤਾ, ਸੋ ਜੇ ਤੁਸੀਂ ਜ਼ਿਆਦਾ ਸਪੀਡ ਓਵਰ ਸਪੀਡ ਚਲਾ ਰਹੇ ਹੈਗੇ ਆ, 60 ਕਿਲੋਮੀਟਰ ਤੋਂ ਜ਼ਿਆਦਾ, ਯਾਨੀ ਕਿ ਜਿਹੜੀ ਲਿਮਿਟ ਆ, ਜਿਹੜੀ ਮੈਕਸੀਮਮ ਸਪੀਡ ਲਿਮਿਟ ਆ, ਉਸ ਨੂੰ ਤੁਸੀਂ ਕ੍ਰੋਸ ਕਰ ਰਹੇ ਹੈਗੇ 60 ਕਿਲੋਮੀਟਰ ਦੇ ਨਾਲ। ਚੀਰਕੋਲਾਸੋਨੇ ਕੋਂਤਰੋਮਾਨੋ, ਜੇਕਰ ਤੁਸੀਂ ਆਪੋਜ਼ਿਟ ਸਾਈਡ ਤੋਂ ਡਰਾਈਵ ਕਰ ਰਹੇ ਹੈਗੇ ਆ ਕੂਰਵੇ ਦੇ ਵਿੱਚ, ਜਾਂ ਜਿੱਥੇ ਕਿਤੇ ਸਕਾਰਸਾ ਵਿਜੀਬਿਲਿਟੀ ਆ, ਜਿੱਥੇ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਦਿਖਦਾ, ਉੱਥੇ ਤੁਸੀਂ ਕੋਂਤਰੋਮਾਨੋ ਚਲਾ ਰਹੇ, ਯਾਨੀ ਕਿ ਆਪੋਜ਼ਿਟ ਸਾਈਡ ਤੇ ਚਲਾ ਰਹੇ ਹੋ। ਸੁਰਪਾਸੋ, ਜੇਕਰ ਤੁਸੀਂ ਕਿਸੇ ਖਤਰਨਾਕ ਤਰੀਕੇ ਦੇ ਨਾਲ ਜਾਂ ਖਤਰਨਾਕ ਹਾਲਾਤ ਦੇ ਵਿੱਚ ਕੀਤੀ ਜਾਵੇ, ਤਾਂ ਵੀ ਤੁਹਾਡੇ 10 ਪੁਆਇੰਟ ਕੱਟੇ ਜਾ ਸਕਦੇ ਹੈਗੇ ਆ। ਟ੍ਰਾਂਸਪੋਰਟੋ ਦੀ ਮੈਰਚੀ ਪੇਰੀਕੋਲੋਸੇ, ਜੇਕਰ ਤੁਸੀਂ ਕੋਈ ਖਤਰਨਾਕ ਸਮਾਨ ਲੈ ਕੇ ਜਾ ਰਹੇ ਹੋ ਬਿਨਾਂ ਅਥੋਰਾਈਜੇਸ਼ਨ ਤੋਂ, ਉਸ ਕੇਸ ਦੇ ਵਿੱਚ ਵੀ ਤੁਹਾਡੇ 10 ਪੁਆਇੰਟ ਕੱਟੇ ਜਾ ਸਕਦੇ ਆ। ਵਿਓਲਾਸੀਓਨੇ ਦਲੇ ਨੋਰਮੇ, ਵਿਓਲਾਸੀਓਨੇ ਦਾ ਮਤਲਬ ਹੈ ਕਿ ਜਦੋਂ ਤੁਸੀਂ ਕੋਈ ਕਾਨੂੰਨ ਤੋੜਦੇ ਹੋ, ਸੋ ਤੁਸੀਂ ਕਾਨੂੰਨ ਤੋੜਦੇ ਹੋ ਟ੍ਰਾਂਸਪੋਰਟੋ ਦੀ ਮੈਰਚੀ ਪੇਰੀਕੋਲੋਸੀ ਵਾਰਾ, ਸੋ ਇਹ ਰੂਲ ਅਪਲਾਈ ਕਰਦਾ ਜਿਹੜੇ ਕਿ ਹਾਇਰ ਡਰਾਈਵਰ ਹਾਇਰ ਲਾਇਸੈਂਸ ਵਾਲੇ ਆ, ਸੋ ਉਹਨਾਂ ਵਾਸਤੇ ਆ। ਵਿਓਲਾਸੀਓਨੇ ਦੀ ਟੈਂਪੀ ਦੀ ਗੁਈਦਾ, ਸੋ ਜੇ ਤੁਸੀਂ ਜਿਹੜੇ ਆਪਣੇ ਉਰਾਰੀ ਦੀ ਗੁਈਦਾ ਹੈ ਉਹਨਾਂ ਨੂੰ ਰਿਸਪੈਕਟ ਨਹੀਂ ਕਰਦੇ ਹੈਗੇ, ਸੋ ਉਸ ਕੇਸ ਦੇ ਵਿੱਚ ਵੀ ਤੁਹਾਡੇ 10 ਪੁਆਇੰਟ ਕੱਟੇ ਜਾ ਸਕਦੇ ਆ। ਰੇਤਰੋ ਮਾਰਚ ਹੈ ਇਨ ਆਊਟੋਸਤਰਾਦਾ, ਜੇਕਰ ਤੁਸੀਂ ਰਿਵਰਸ ਕਰਦੇ ਹਾਂ ਆਪਣੀ ਕਾਰ ਨੂੰ ਆਊਟੋਸਤਰਾਦਾ ਦੇ ਵਿੱਚ। ਇਨਵਰਸੀਓਨੇ ਦੀ ਮਾਰਚਾ, ਇਨਵਰਸੀਓਨੇ ਦੀ ਮਾਰਚਾ, ਜੇਕਰ ਤੁਸੀਂ ਯੂ ਟਰਨ ਕਰਦੇ ਹੋ ਆਊਟੋਸਤਰਾਦੇ ਜਾਂ ਐਕਸਰਾ ਡਵਾਨੇ ਪ੍ਰਿੰਸੀਪਾਲੀ ਦੇ ਵਿੱਚ, ਔਰ ਤੁਸੀਂ ਕੋਂਤਰੋਮਾਨੋ ਚੱਲ ਰਹੇ, ਯਾਨੀ ਕਿ ਆਪੋਜ਼ਿਟ ਸਾਈਡ ਤੋਂ ਚੱਲ ਰਹੇ ਹੋ। ਚਿਰਕੋਲਾਸੀਓਨੇ ਸੁਰੇ ਕੁਰਸੀਏ ਦੀ ਐਮਰਜੈਂਸਾ, ਜੇ ਤੁਸੀਂ ਐਮਰਜੈਂਸੀ ਲਾਈਨ ਦੇ ਵਿੱਚ ਚੱਲ ਰਹੇ ਹੋ। ਵੇਹੀਕੋਲੋ ਸਪਰੋਵੀਸੋ, ਸਪਰੋਵੀਸੋ ਦਾ ਮਤਲਬ ਕਿ ਨਹੀਂ ਮੌਜੂਦ, ਕਰੋਨੋ ਤਾਕੀਗ੍ਰਾਫੋ। ਗੁਈਦਾ ਇੰਸਟਾਟੋ ਦੀ ਏਬਰੇਜ਼ਾ, ਤੁਸੀਂ ਡਰਿੰਕ ਕਰਕੇ ਡਰਾਈਵ ਕਰ ਰਹੇ ਹੈਗੇ ਆ, ਉਸ ਕੇਸ ਦੇ ਵਿੱਚ ਵੀ ਤੁਹਾਡੇ 10 ਪੁਆਇੰਟ ਕੱਟੇ ਜਾ ਸਕਦੇ ਆ। ਗੁਈਦਾ ਇੰਸਟਾਟੋ ਦੀ ਅਲਟੇਰਾਸੀਓਨੇ ਪਸੀਕੋਫਿਜ਼ੀਕਾ, ਜੇਕਰ ਤੁਸੀਂ ਕਿਸੇ ਡਰੱਗ ਜਾਂ ਕਿਸੇ ਮੈਡੀਸਨ ਦੇ ਅਸਰ ਦੇ ਥੱਲੇ ਡਰਾਈਵ ਕਰ ਰਹੇ ਹੋ, ਉਸ ਕੇਸ ਦੇ ਵਿੱਚ ਵੀ 10 ਪੁਆਇੰਟ। ਓਮਿਸਿਓਨੇ ਦੀ ਸੋਕੋਰਸੋ, ਓਮਿਸਿਓਨੇ ਜਦੋਂ ਤੁਸੀਂ ਗੱਡੀ ਨਹੀਂ ਰੋਕਦੇ ਹੈਗੇ, ਜੇਕਰ ਤੁਸੀਂ ਤੁਹਾਡਾ ਕਿਸੇ ਕਾਰਨ ਐਕਸੀਡੈਂਟ ਹੁੰਦਾ ਔਰ ਤੁਸੀਂ ਹੈਲਪ ਵਾਸਤੇ ਨਹੀਂ ਰੁਕਦੇ, ਤਾਂ ਵੀ ਤੁਹਾਡੇ 10 ਪੁਆਇੰਟ ਕੱਟੇ ਜਾ ਸਕਦੇ ਆ। ਓਮਿਸਿਓਨੇ ਦੀ ਸੋਕੋਰਸੋ ਦੋਪੋ ਉਨ ਇਨਸੀਡੈਂਟੀ ਕੋਨ ਦਾਨੀ ਵਾਲੇ ਪਰਸੋਨੇ ਕਾਉਜ਼ਾਤੀ ਦਲ ਪ੍ਰੋਪਰੀਓ ਕੋਮਪੋਰਟਾਮੈਂਟੋ, ਸੋ ਇਸ ਕੇਸ ਦੇ ਵਿੱਚ ਵੀ ਓਮਿਸਿਓਨੇ ਦੀ ਸੋਕੋਰਸੋ, ਤੁਸੀਂ ਹੈਲਪ ਵਾਸਤੇ ਨਹੀਂ ਰੁਕ ਰਹੇ ਜਦੋਂ ਐਕਸੀਡੈਂਟ ਤੁਹਾਡੀ ਵਜ੍ਹਾ ਦੇ ਨਾਲ ਹੋਇਆ, ਸੋ ਉਸ ਕੇਸ ਦੇ ਵਿੱਚ ਵੀ 10 ਪੁਆਇੰਟ ਕੱਟੇ ਜਾ ਸਕਦੇ। ਵਿਓਲਾਸੀਓਨੇ, ਜੇਕਰ ਤੁਸੀਂ ਜਿੱਥੇ ਕਿਤੇ ਨਾਕਾ ਲੱਗਿਆ, ਪੋਸਟੀ ਦੀ ਬਲੋਕੋ ਦਾ ਮਤਲਬ ਨਾਕਾ ਲੱਗਿਆ, ਉੱਥੇ ਤੁਸੀਂ ਨਹੀਂ ਰੁਕਦੇ, ਸੋ ਉਸ ਕੇਸ ਦੇ ਵਿੱਚ ਵੀ ਤੁਹਾਡੇ 10 ਪੁਆਇੰਟ ਕੱਟੇ ਜਾ ਸਕਦੇ ਆ। ਇਸ ਸਲਾਈਡ ਦੇ ਵਿੱਚ ਗੱਲ ਕਰਾਂਗੇ ਜਦੋਂ ਸਾਡੇ ਮੈਕਸੀਮਮ 8 ਪੁਆਇੰਟ ਕੱਟੇ ਜਾਂਦੇ ਆ। ਮੰਕਾਤੋ ਰਿਸਪੈਕਟੋ ਦੈਲਾ ਡਿਸਟਾਂਸਾ ਦੀ ਸਿਕੁਰੈਜ਼ਾ ਕੌਨ ਕੋਨਸੀਕੁਐਂਟੇ ਇੰਸੀਡੈਂਟੇ ਕੌਨ ਲੇਜ਼ੀਓਨੇ ਗ੍ਰਾਵੀ, ਸੋ ਇੱਥੇ 8 ਪੁਆਇੰਟ ਕੱਟੇ ਜਾਣਗੇ ਜੇਕਰ ਤੁਸੀਂ ਡਿਸਟਾਂਸਾ ਦੀ ਸਿਕੁਰੈਜ਼ਾ ਨੂੰ ਰਿਸਪੈਕਟਾਰੇ ਨਹੀਂ ਕਰਦੇ, ਫੋਲੋ ਨਹੀਂ ਕਰਦੇ, ਔਰ ਉਸ ਦੀ ਵਜ੍ਹਾ ਦੇ ਨਾਲ ਤੁਹਾਡਾ ਇੱਕ ਐਕਸੀਡੈਂਟ ਹੋ ਜਾਂਦਾ ਜਿਹਦੇ ਵਿੱਚ ਲੇਜ਼ੀਓਨੇ ਗ੍ਰਾਵੀ ਆ, ਲੇਜ਼ੀਓਨੇ ਮਤਲਬ ਕਿ ਚੋਟ ਕਾਫੀ ਜ਼ਿਆਦਾ ਸੱਟ ਲੱਗਦੀ ਹੈਗੀ ਆ, ਸੋ ਉਸ ਕੇਸ ਦੇ ਵਿੱਚ ਤੁਹਾਡੇ 8 ਪੁਆਇੰਟ ਕੱਟੇ ਜਾਣਗੇ। ਕੋਮਪੋਰਟਾਮੈਂਟੋ ਇਰਰੈਗੂਲਾਰੇ ਓ ਪੇਰੀਕੋਲੋਜ਼ੋ, ਜੇਕਰ ਤੁਸੀਂ ਗਲਤ ਤਰੀਕੇ ਨਾਲ ਬਿਹੇਵ ਕਰਦੇ ਆ ਪਾਸਾਜੀ ਇੰਗੋਮਰਾਂਤੀ, ਜੇਕਰ ਪਾਸਾਜੀ ਇੰਗੋਮਰਾਂਤੀ ਦਾ ਮਤਲਬ ਜਿੱਥੇ ਰੋਡ ਟਾਈਟ ਹੈ ਜਾਂ ਜਿੱਥੇ ਕਿਤੇ ਰਸਤੇ ਦੇ ਵਿੱਚ ਕੋਈ ਚੀਜ਼ ਰੁਕਾਵਟ ਬਣੀ ਹੋਈ ਹੈ, ਸੋ ਤੁਸੀਂ ਉਸ ਕੇਸ ਦੇ ਵਿੱਚ ਜੇ ਹੌਲੀ ਜਾਂ ਸਾਵਧਾਨੀ ਦਾ ਨਹੀਂ ਚੱਲਦੇ ਹੈਗੇ ਤਾਂ ਤੁਸੀਂ ਐਕਸੀਡੈਂਟ ਹੋ ਜਾਂਦਾ ਹੈ। ਔਰ ਇਹ ਜਿਹੜਾ ਰੂਲ ਹੈ ਇਹ ਪਹਾੜੀ ਇਲਾਕੇ 'ਤੇ ਕਾਫੀ ਅਪਲਾਈ ਕੀਤਾ ਜਾਂਦਾ ਕਿਉਂਕਿ ਉੱਥੇ ਪਾਸਾਜੀ ਇੰਗੋਮਰਾਂਤੀ, ਉੱਥੇ ਰੋਡ ਕਾਫੀ ਟਾਈਟ ਹੁੰਦੇ ਆ, ਸੋ ਉੱਥੇ ਪੂਰੀ ਧਿਆਨ ਔਰ ਪੂਰੀ ਸਾਵਧਾਨੀ ਦੇ ਨਾਲ ਚੱਲਣਾ ਚਾਹੀਦਾ ਹੈ, ਔਰ ਖਾਸ ਕਰਕੇ ਜੇਕਰ ਐਕਸੀਡੈਂਟ ਹੋ ਜਾਵੇ ਉੱਥੇ ਵੀ ਤੁਹਾਡੇ 8 ਪੁਆਇੰਟ ਕੱਟੇ ਜਾਣਗੇ। ਇਨਵਰਸੀਓਨੇ ਦੀ ਮਾਰਚਾ, ਜੇਕਰ ਤੁਸੀਂ ਯੂ ਟਰਨ ਕਰਦੇ ਹੋ
ਕਿਸੇ ਕੁਰਵੇ ਇਨਕਰੋਚੋ ਜਾਂ 200 ਦੇ ਬਰਾਬਰ ਤੇ ਆ ਕੇ ਮੰਕਾਤੋ ਰਿਸਪੈਕਟੋ ਦੇ ਲੋਬਲੀਗੋ ਦੀ ਪ੍ਰੈਸੀਡੈਂਸਾ ਹੀ ਪੇਦੋਨੀ ਜੇਕਰ ਤੁਸੀਂ ਪਹਿਲ ਨਹੀਂ ਦਿੰਦੇ ਪੇਦੋਨੀ ਨੂੰ ਅਤਰਾਵਿਰਸਾਮੈਂਤੀ ਪੇਦੋਨਾਲੀ ਤੇ ਔਰ ਜਿਹੜਾ ਲਾਸਟ ਵਾਲਾ ਜੇਕਰ ਤੁਸੀਂ ਓਬਲੀਗੋ ਦੀ ਪ੍ਰੈਸੀਡੈਂਸਾ ਨਹੀਂ ਰਿਸਪੈਕਟ ਕਰਦੇ ਜਿਹੜੇ ਪਰਸੋਨੇ ਇਨਵਾਲੀ ਤੇ ਆ ਪਰਸੋਨੇ ਇਨਵਾਲੀ ਤੇ ਜਾਣ ਕੇ ਜਿਹੜੇ ਕਿ ਹੈਂਡੀਕੈਪਟ ਆ ਜਾਂ ਜਿਹਨਾਂ ਦੇ ਕੋਲ ਬਹੁਤਾ ਮੂਵ ਨਹੀਂ ਕੀਤਾ ਜਾਂਦਾ ਹੈਗਾ ਸੋ ਜੇ ਉਹਨਾਂ ਨੂੰ ਤੁਸੀਂ ਪਹਿਲ ਨਹੀਂ ਦਿੰਦੇ ਹੈਗੇ ਤੇ ਉਸ ਕੇਸ ਦੇ ਵਿੱਚ ਵੀ ਤੁਹਾਨੂੰ 8 ਪੁਆਇੰਟ ਕੱਟੇ ਜਾਣਗੇ ਸਹੀ ਪੁੰਤੀ ਕੱਟੇ ਜਾਂਦੇ ਆ ਜੇਕਰ ਐਕਸੈਸ ਦੀ ਵਿਲੋਚਿਤਾ ਹੈ 40 ਕਿਲੋਮੀਟਰ ਸਪੀਡ ਦਾ ਸੋ ਜਿੱਥੇ 80 ਦੀ ਸਪੀਡ ਹੈ ਉੱਥੇ ਤੁਸੀਂ 120 ਤੇ ਚੱਲ ਰਹੇ ਹੈਗੇ ਆ ਤੇ ਉੱਥੇ ਤੁਹਾਡੇ 6 ਪੁਆਇੰਟ ਕੱਟੇ ਜਾਣਗੇ ਜੇਕਰ ਤੁਸੀਂ ਸਿਗਨਾਲੇ ਸਟੋਪ ਨੂੰ ਨਹੀਂ ਰਿਸਪੈਕਟ ਕਰਦੇ ਉਸ ਕੇਸ ਦੇ ਵਿੱਚ ਵੀ ਸਹੀ ਪੁੰਤੀ ਕੱਟੇ ਜਾਣਗੇ ਪਸਾਜੋ ਕੌਨ ਸੇਮਾਫੋਰ ਔਰ ਉਸੋ ਜੇਕਰ ਤੁਸੀਂ ਰੈੱਡ ਲਾਈਟ ਦੇ ਨਾਲ ਲੰਘਦੇ ਆ ਜਦੋਂ ਵਿਜੀਲੇ ਔਰ ਕਿਸੇ ਨੂੰ ਪ੍ਰੈਸੀਡੈਂਸਾ ਦੇ ਰਿਹਾ ਹੈਗਾ ਸੋ ਜੇ 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 ਤੁਸੀਂ ਰੈੱਡ ਲਾਈਨ ਤਾਂ ਲੰਘਦੇ ਆ ਜਾਂ ਜਦੋਂ ਵਿਜੀਲੇ ਤੁਹਾਨੂੰ ਰੋਕਣ ਦੇ ਕਹਿ ਰਿਹਾ ਤੁਸੀਂ ਨਹੀਂ ਰੁਕਦੇ ਉਸ ਕੇਸ ਦੇ ਵਿੱਚ ਸਹੀ ਪੁੰਤੀ ਜੇਕਰ ਤੁਸੀਂ ਪਸਾਜੋ ਦੀ ਵੈਲੋ ਨੂੰ ਨਹੀਂ ਰਿਸਪੈਕਟ ਕਰਦੇ ਯਾਨੀ ਕਿ ਫਾਟਕ ਲੱਗ ਰਿਹਾ ਔਰ ਤੁਸੀਂ ਨਹੀਂ ਰੁਕਦੇ ਹੈਗੇ ਉਸ ਕੇਸ ਦੇ ਵਿੱਚ ਵੀ ਸਹੀ ਪੁੰਤੀ ਕੱਟੇ ਜਾਣਗੇ ਸੋ ਇੱਥੇ ਗੱਲ ਕਰਾਂਗੇ ਚੀਕਵੇ ਪੁੰਤੀ ਦੀ ਦੇ ਕੁਰਤਾਸਿਓਨੇ ਦੇ ਬਾਰੇ ਦੱਸਣਾ ਭੁੱਲ ਗਏ ਦੇ ਕੁਰਤਾਸਿਓਨੇ ਦਾ ਮਤਲਬ ਜਦੋਂ ਕੱਟਿਆ ਜਾਂਦਾ ਹੈ ਕੁਛ ਸੋ ਇਸ ਕੇਸ ਦੇ ਵਿੱਚ ਲਾਇਸੈਂਸ ਦੇ ਪੁਆਇੰਟਸ ਔਰ ਪੰਜ ਕਿਦੋਂ ਕੱਟੇ ਜਾਂਦੇ ਆ ਪਹਿਲਾਂ ਰੂਲ ਹੈ ਵਿਓਲਾਸਿਓਨੇ ਦੇ ਲੋਪਲੀਗੋ ਜੇਕਰ ਤੁਸੀਂ ਕਾਨੂੰਨ ਤੋੜਦੇ ਹੋ ਓਪਲੀਗੋ ਦੀ ਮੋਦੇਰਾਰੇ ਲਾ ਵਿਲੋਚਿਤਾ ਜਿੱਥੇ ਕਿ ਸਾਨੂੰ ਕਿਹਾ ਜਾਂਦਾ ਹੈ ਕੰਪਲਸਰੀ ਕਿ ਤੁਸੀਂ ਸਪੀਡ ਹੌਲੀ ਕਰਨੀ ਹੈ ਕੂਰਵੇ ਤੇ ਇਨਕਰੋਚੋ ਤੇ ਜਾਂ ਜਿੱਥੇ ਵਿਜ਼ੀਬਿਲਟੀ ਬਹੁਤ ਘੱਟ ਹੈ ਸੋ ਜੇ ਤੁਸੀਂ ਇੱਥੇ ਇਹ ਸਪੀਡ ਹੌਲੀ ਕਰਨ ਵਾਲਾ ਰੂਲ ਨਹੀਂ ਫੋਲੋ ਕਰਦੇ ਉੱਥੇ ਚੀਕਵੇ ਪੁੰਤੀ ਤੌਲੀਅਰੇ ਕੀਤੇ ਜਾਂਦੇ ਆ ਓਬਲੀਗੋ ਦੀ ਦਾਰੇ ਪ੍ਰੈਸੀਡੈਂਸ ਆ ਜੇ ਤੁਸੀਂ ਇਹਨੂੰ ਨਹੀਂ ਫੋਲੋ ਕਰਦੇ ਤਾਂ ਵੀ ਛਿੰਕਵੇ ਪੁੰਤੀ ਸੁਰਪਾਸੀ ਪੇਰੀਕੋਲੋ ਸੀ ਤੁਸੀਂ ਖਤਰਨਾਕ ਓਵਰਟੇਕ ਕਰਦੇ ਹੈਗੇ ਉਸ ਕੇਸ ਦੇ ਵਿੱਚ ਵੀ ਛਿੰਕਵੇ ਪੁੰਤੀ ਮੰਕਾਤੋ ਰਿਸਪੈਕਟੋ ਦੇਲਾ ਡਿਸਟਾਂਸਾ ਦੀ ਸਿਕੁਰੈਸਾ ਜਦੋਂ ਤੁਸੀਂ ਰਿਸਪੈਕਟ ਨਹੀਂ ਕਰਦੇ ਡਿਸਟਾਂਸਾ ਦੀ ਸਿਕੁਰੈਸਾ ਨੂੰ ਔਰ ਉਸ ਦੀ ਵਜ੍ਹਾ ਦੇ ਨਾਲ ਇੱਕ ਕੋਲੀਜ਼ਿਓਨੇ ਹੋ ਜਾਂਦਾ ਹੈ ਕੋਲੀਜ਼ਿਓਨੇ ਮਤਲਬ ਐਕਸੀਡੈਂਟ ਹੋ ਜਾਂਦਾ ਹੈ ਔਰ ਕਾਫੀ ਸੀਰੀਅਸ ਦਾਨੋ ਮਤਲਬ ਨੁਕਸਾਨ ਵੇਹੀਕੋਲੀ ਦਾ ਉਸ ਕੇਸ ਦੇ ਵਿੱਚ ਵੀ ਮੇਨੋ ਚਿੰਕਵੇ ਪੁੰਤੀ ਕੰਪੋਰਟਾਮੈਂਟੋ ਇਰਰੈਗੂਲਾਰੇ ਤੁਸੀਂ ਸਹੀ ਤਰੀਕੇ ਦੇ ਨਾਲ ਬਿਹੇਵ ਨਹੀਂ ਕਰਦੇ ਸਟ੍ਰੇਟੋਈਏ ਚ ਸਟ੍ਰੇਟੋਈਏ ਮਤਲਬ ਜਿੱਥੇ ਕਿ ਟਾਈਟ ਰੋਡ ਹੈ ਮੰਕਾਤੋ ਊਜ਼ੋ ਦੈਲ ਕਾਸਕੋ ਜੇਕਰ ਤੁਸੀਂ ਹੈਲਮਟ ਨਹੀਂ ਪਹਿਨਦੇ ਜਾਂ ਜਿਹੜਾ ਤੁਹਾਡੇ ਸਾਈਜ਼ ਦਾ ਉਹਨੂੰ ਨਹੀਂ ਪਹਿਨਦੇ ਜਾਂ ਜਿਹਨੂੰ ਤ੍ਰਸਪੁਰ ਤਾਰੇ ਕਰ ਰਹੇ ਹੋ ਜਿਹਨੂੰ ਤੁਸੀਂ ਕਿਸੇ ਨੂੰ ਪਿੱਛੇ ਬਿਠਾ ਕੇ ਲੈ ਕੇ ਜਾ ਰਹੇ ਉਹ ਵੀ ਕਾਸਕੋ ਨਹੀਂ ਪਹਿਨਦਾ ਸੋ ਉਸ ਵਜ੍ਹਾ ਦੇ ਨਾਲ ਮੇਨੋ ਚਿੰਕਵੇ ਪੁੰਤੀ ਮੰਕਾਤੋ ਊਜ਼ੋ ਦੈਲ ਚਿੰਤੂਰੇ ਦੀ ਸਿਕੁਰੈਸਾ ਦੈਲ ਕੁੰਦੂ ਚਾਹੀਦੇ ਜੇਕਰ ਤੁਸੀਂ ਸੀਟ ਬੈਲਟ ਫਾਸਟ ਨਹੀਂ ਕਰਦੇ ਜਾਂ ਤੁਸੀਂ ਕਿਸੇ 18 ਸਾਲ ਤੋਂ ਥੱਲੇ ਜਿਹੜੀ ਏਜ ਹੈ ਉਹਨੂੰ ਲੈ ਕੇ ਜਾ ਰਹੇ ਹੋ ਤੇ ਉਹਨਾਂ ਦੇ ਵਾਸਤੇ ਸੀਟ ਨਹੀਂ ਲਗਾਈ ਹੈਗੀ ਕੁਇੰਦੀ ਮੰਕਾ ਤੋਂ ਊਜ਼ੋ ਦੈਲ ਸੇਜੋਲੀ ਨੂੰ ਉਸ ਕੇਸ ਦੇ ਵਿੱਚ ਵੀ ਮੇਨੋ ਚਿੰਕਵੇ ਪੁੰਤੀ ਮੰਕਾਤੋ ਊਜ਼ੋ ਦੈਲ ਲੈਂਤੀ ਕੋਰੇਟੀਵੇ ਦਾ ਮਤਲਬ ਹੈਗਾ ਐਨਕਾਂ ਸਪੈਕਸ ਸੋ ਜੇਕਰ ਤੁਸੀਂ ਸਪੈਕਸ ਨਹੀਂ ਡਰਾਈਵਿੰਗ ਦੇ ਵੇਲੇ ਯੂਜ਼ ਕਰ ਰਹੇ ਜਦੋਂ ਕਿ ਤੁਹਾਡੇ ਲਾਇਸੈਂਸ 'ਤੇ ਲਿਖਿਆ ਹੋਇਆ ਕਿ ਤੁਹਾਡੇ ਵਾਸਤੇ ਓਬਲੀਕੋ ਹੈ ਉਸ ਕੇਸ ਦੇ ਵਿੱਚ ਵੀ ਮੇਨੋ ਚਿੰਕਵੇ ਪੁੰਤੀ ਜੇਕਰ ਤੁਸੀਂ ਟੈਂਪੀ ਦੀ ਰਿਪੋਜ਼ ਨੂੰ ਨਹੀਂ ਰਿਸਪੈਕਟ ਕਰਦੇ ਉਸ ਕੇਸ ਦੇ ਵਿੱਚ ਵੀ ਮੇਨੋ ਚਿੰਕਵੇ ਪੁੰਤੀ ਸੋ ਟੈਂਪੀ ਦੀ ਰਿਪੋਜ਼ ਵਾਲਾ ਜਿਹੜਾ ਰੂਲ ਹੈ ਇਹ 10% ਜਾਂ 20% ਵਾਸਤੇ ਲਾਗੂ ਕੀਤਾ ਜਾਂਦਾ ਹੈਗਾ ਸੋ ਇਹਨਾਂ ਦੋਨਾਂ ਦੇ ਵਿੱਚ ਧਿਆਨ ਦੇਣਾ ਜ਼ਰੂਰੀ ਹੈ ਕਿ ਆਪਣੇ ਜਿਹੜੇ ਰੈਸਟ ਵਾਲੇ ਟਾਈਮ ਹੈ ਜਿਹਨਾਂ ਦੇ ਕੋਲ ਵੱਡੇ ਲਾਇਸੈਂਸ ਹੈ ਜ਼ਰੂਰ ਰਿਸਪੈਕਟ ਕਰਨ ਕਿਉਂਕਿ ਅਦਰਵਾਈਜ਼ ਉਹਨਾਂ ਦੇ ਪੁਆਇੰਟਸ ਕੱਟੇ ਜਾਂਦੇ ਆ ਗੁਈਦਾ ਦੀ ਕੰਦੂ ਚੈਂਤੀ ਦੀ ਇਤਾ ਇਨਫੀਰੀਅਰ ਹੈ ਵਿਨ ਤੁਨਾਨੀ ਪੈਰ ਇਨੇ ਉਹ ਪਾਤੈਂਟਾਤੀ ਹੈ ਪਰ ਕੀ ਐਜ਼ਰਸਿਤਾ ਪ੍ਰੋਫੈਸ਼ਨਲਮੈਂਟ ਲਾਤੀਵਿਤਾ ਦੀ ਟ੍ਰਾਂਸਪੋਰਟੋ ਦੀ ਪਰਸੋਨੇ ਕੋਸੇ ਕੋਨ ਟਾਸੋ ਅਲਕੋਲੇਮਿਕੋ ਸੁਪੀਰੀਅਰ ਆ 0 ਐ ਇਨਫੀਰੀਅਰ ਹੈ 0,5 ਗ੍ਰਾਮੀ ਪਰ ਲੀਟਰੋ ਸੋ ਇੱਥੇ 5 ਪੁੰਤੀ ਕੱਟੇ ਜਾਂਦੇ ਹੈਗੇ ਆ ਜੇਕਰ ਜਿਹਨਾਂ ਦਾ ਏਜ 21 ਸਾਲ ਤੋਂ ਘੱਟ ਹੈ ਜਾਂ ਜਿਹੜੇ ਨਵੇਂ ਲਾਇਸੈਂਸ ਵਾਲੇ ਹੈਗੇ ਆ ਜਾਂ ਜਿਹੜੇ ਕਿ ਕਿਸੇ ਟ੍ਰਾਂਸਪੋਰਟੋ ਕੋਜ਼ੇ ਜਾਂ ਟ੍ਰਾਂਸਪੋਰਟੋ ਪਰਸੋਨੇ ਦਾ ਕੰਮ ਕਰਦੇ ਆ ਤੇ ਉਹਨਾਂ ਦਾ ਜਿਹੜਾ ਤਾਸੋ ਅਲਕੋਲੇਮਿਕ ਹੈ ਸੋ ਜਿਹੜਾ ਐਲਕੋਹਲ ਦਾ ਰੇਟ ਹੈ ਬਲੱਡ ਦੇ ਵਿੱਚ ਉਹ ਹੈਗਾ ਹੈ ਜ਼ਿਆਦਾ 0 ਤੋਂ ਪਰ ਹੈਗਾ ਹੈ ਘੱਟ 0.5 ਤੋਂ ਸੋ ਜੇ ਤੁਹਾਡਾ ਐਲਕੋਹਲ ਦਾ ਰੇਟ ਤੁਹਾਡੇ ਬਲੱਡ ਦੇ ਵਿੱਚ 0 ਔਰ 0.5 ਦੇ ਬਿਟਵੀਨ ਹੈ ਤਾਂ ਤੁਹਾਡੇ ਚਿੰਕਵੇ ਪੁੰਤੀ ਕੱਟੇ ਜਾਣਗੇ
अल्टेरारे, अल्टेरारे का मतलब हैगा चेंज करना। कोरेक्टो उजो, सही इस्तेमाल चिंतूरे का। सो जेकर तुसी अपने सीटा दिया बेल्टा नू चेंज करते हो, मॉडिफाई करते हो, उस केस दे विच भी थोड़े छींक पुंती कट्टे जाते हैं। सो हुण गल करांगे मेनू क्वात्रो पुंती गुइदा कोंत्रो मानो नॉन इन कूर्वा। जेकर तुसी ऑपोजिट साइड ते ड्राइव कर रहे हैं पर कूर्वे ते नहीं। ओकुपाजियोने देला कुर्सिया चेंट्राले ओ सिनिस्ट्रा इन कासो सिया लिबेरा ला देस्त्रा। जो तुसी आउटोस्ट्राडे ते चल रहे हो ते उत्थे थोड़ा कुर्सिया दी सब तो देस्त्रा वाला खाली है, पर फिर भी तुसी सेंट्रल जे या सब तो सिनिस्ट्रा वाले से ड्राइव करते हो उसके हिस्से विच भी मेनू क्वात्रो पुंती जिहड़ा थर्ड रूल है। जेकर बाई चांस तुहाडे समान तो या ट्रक दे विच कोई इहो जिहा समान गिर जांदा है जिहनूं तुसी नहीं इकट्ठा कर सकते हैगे या नहीं हटा सकते, फिर उस केस दे विच भी मेनू क्वात्रो पुंती। जेकर तुसी 30% तो ज़्यादा जिहड़ा वेट है उहनूं क्रॉस कर रहे हो उस लिमिट नूं, ते उस केस दे विच भी मेनू क्वात्रो पुंती। जेकर टोटल वेट 10 टन दे विच हैगा, अदरवाइज जे 10 टन तो ज़्यादा फिर ज़्यादा पॉइंट्स कट्टे जांदे आ। Massa complessiva pieno carico di veicoli adibiti al trasporto di merci pericolose superiore. So, jekar total weight, jehda ki merci pericolose vaste allowed hai, usnu tusi superare kar rahe ho, us case de vich vi meno 4 punti. Trasporto in soprannumero, jekar tusi zyade passenger leke ja rahe ho, so je thodi gaddi 5 seater hai, tusi 6 jane ja rahe ho, ta us case de vich vi meno 4 punti. Circolazione in autostrada di veicoli non ammessi. Jekar tusi autostrada te chal rahe ho par tuhadi veicolo nu ijazat nahi hegi jaan di, us case de vich vi meno 4 punti. Omissione di soccorso, jekar tusi kise help vaste nahi rukde te jido nuksan solo cose da hai, sirf cheezan da hi hai, jaani leva nuksan hi par sirf cheezan da, par fir vi tusi nahi rukde, fir vi meno 4 punti. Mancato rispetto dell'obbligo di precedenza ai pedoni, jekar tusi pedoni nu precedenza nahi dende una road de utte jithe ke attraversamenti pedonali nahi hege. Meno 3 punti je eccesso di velocità 10 or 40 km de vich hai. Mancato accertamento delle condizioni per fare un sorpasso, jekar tusi changi tarah evaluation nahi karde sorpasso karne vaste, so tusi sorpasso kar rahe ho par oh sahi nahi hega, us case de vich vi meno 3 punti. Mancato rispetto della distanza di sicurezza, jekar tusi sahi tarike de naal distanza di sicurezza nu nahi follow karde. Uso improprio, galt istemal luci abbaglianti da, yani ke full lighta da. ट्रांसपोर्ट कारिके, जेकर तुसी समान लेके जा रहे हो बिना सारिया ही अटेंशन दिते हुए, बिना सारिया ही सावधानियां अप्लाई किते हुए। ट्रांसपोर्ट कोजे कॉन एक्सीडेंसा नॉन सुपेरियोर है 3 टोनेलाते ओ अल 30%, जेकर तुसी किसी चीज नु समान नु लेके जा रहे हो जिसका वेट 30% तो ज्यादा नहीं ज्यादा हैगा टोटल वेट नालो, सो उस केस दे विच भी मेनू 3 पुंती। पर ये असी पिछली स्लाइड च भी देखिया, सो डिपेंड करता हैगा के कारी को किस तरह दा, उस दे मुताबिक यह 4 भी पुंती काट सकते हैं कि 3 भी। सो असी एक बार फिर कह देने, ये असी सिर्फ एक इनफॉर्मेशन के तौर पर कह रहे हैं, बाकी जो पुलिस ऑफिसर लाइसेंस के पॉइंट्स कटता है उन्होंने बेहतर पता होंगे। violazione dei tempi di riposo, so itthe je tusi time nu apne rest time nu nahi follow karde us case de vich vi 3 punti vi kat sakte hage jekar tusi 10% to zyada kaam kar rahe ho dose case ch। violazione degli obblighi verso funzionari ufficiali e agenti, jekar tusi police officer jada duty de vich hai usdi respect nahi karde us case de vich vi 3 punti katte ja sakde ha। circolare su strade larghe meno di 6.5 metri con carichi autocarri adibiti al trasporto di veicoli animali container, jekar tusi ek estra de road te chal rahe ho jis di chadai bad to bad 6.5 meter hai aur utte ek tusi autocar na chal rahe ho jide vich tusi janwar leke ja rahe ho ya vadde container leke ja, so kafi vadda truck leke ja rahe ho, us case de vich vi thade 3 punti katte ja sakde ha। एक पुंती कितों कट्टे जाते हैं जो तुसी उजो
ਇਲੂਮੀਨਾਸੀਓਨੇ ਦਾ ਨਹੀਂ ਕਰਦੇ ਜਦੋਂ ਤੁਹਾਨੂੰ ਲਾਈਟਾਂ ਨੂੰ ਯੂਜ਼ ਕਰਨ ਵਾਸਤੇ ਕਿਹਾ ਜਾਂਦਾ ਪਰ ਤੁਸੀਂ ਨਹੀਂ ਚਲਾਈਆਂ ਹੁੰਦੀਆਂ ਸੋ ਉਸ ਕੇਸ ਦੇ ਵਿੱਚ ਊਜ਼ੋ ਇਨਪ੍ਰੋਪਰੀਓ ਦੇਈਫਾਰੀ ਲਾਈਟਾਂ ਦਾ ਗਲਤ ਇਸਤੇਮਾਲ ਟ੍ਰਾਂਸਪੋਰਟਾਰੇ ਕੌਨ ਇੱਛੇ ਦੈਂਸਾ ਸੋ ਤੁਸੀਂ ਜ਼ਿਆਦਾ ਕਾਰੀ ਕੋ ਲੈ ਕੇ ਜਾ ਰਹੇ ਹਾਂ ਪਰ 1 ਟਨ ਤੋਂ ਜ਼ਿਆਦਾ ਨਹੀਂ ਹੈਗਾ ਟ੍ਰਾਂਸਪੋਰਟਾਰੇ ਪਰਸੋਨੇ ਸੁਪਰਨ ਨੂਮੇਰੋ ਸੋ ਜੇ ਤੁਸੀਂ ਜ਼ਿਆਦਾ ਪੈਸੇਂਜਰ ਲੈ ਕੇ ਜਾ ਰਹੇ ਹੈਗੇ ਆ 1-2 ਸੀਟਰ ਵਹੀਕਲ ਤੇ ਸੋ 1 ਚਿਕਲੋ ਮੋਟੋਰੇ ਜਾਂ ਮੋਟੋ ਚਿਕਲੋ ਤੇ ਇਨ ਓਸਰਵਾਂਸਾ ਦੇਲੇ ਡਿਸਪੋਜ਼ੀਸ਼ਨੀ ਦੀ ਟ੍ਰਾਂਸਪੋਰਟੋ ਦੀ ਕੋਸੇ ਸੁ ਵਹੀਕਲ ਜਾਂ 2 ਰੋਤੇ ਜੇਕਰ ਤੁਸੀਂ 2 ਰੋਤੇ ਵਾਲੇ ਵਹੀਕਲ ਤੇ ਚੰਗੀ ਤਰ੍ਹਾਂ ਕੋਈ ਸਮਾਨ ਨਹੀਂ ਫਿਕਸ ਕਰਕੇ ਲੈ ਕੇ ਜਾ ਰਹੇ ਆ ਜਿਹੜੇ ਪੈਸੇਂਜਰ ਨੂੰ ਲੈ ਰਹੇ ਉਹਨੂੰ ਚੰਗੀ ਤਰ੍ਹਾਂ ਨਹੀਂ ਬਿਠਾਇਆ ਹੋਇਆ ਉਸ ਕੇਸ ਦੇ ਵਿੱਚ ਵੀ 1 ਪੁਆਇੰਟ ਕੱਟਿਆ ਜਾ ਸਕਦਾ ਹੈ ਔਰ ਜੇਕਰ ਤੁਸੀਂ ਲੀਮੀ ਤੇ ਮਾਸੀਮੋ ਦੀ ਰਿਪੋਜ਼ੋ ਨਹੀਂ ਰਿਸਪੈਕਟ ਕਰਦੇ 20% ਤੋਂ ਜ਼ਿਆਦਾ ਸੋ ਉਸ ਕੇਸ ਦੇ ਵਿੱਚ ਵੀ 1 ਫੂਨ ਤੋਂ ਕੱਟਿਆ ਜਾ ਸਕਦਾ ਹੈ ਸੋ ਜਿੱਥੇ ਸਾਡੇ ਪ੍ਰਭੂੰਤੀ ਕੱਟੇ ਵੀ ਜਾ ਸਕਦੇ ਹੈਗੇ ਉੱਥੇ ਸਾਨੂੰ ਪੁਆਇੰਟ ਸਾਡੇ ਵੱਧ ਵੀ ਜਾਂਦੇ ਹੈਗੇ ਜੇਕਰ ਅਸੀਂ ਡਰਾਈਵ ਪੂਰੀ ਚੰਗੀ ਤਰ੍ਹਾਂ ਕਰਦੇ ਹਾਂ ਔਰ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਸੋ ਸਾਨੂੰ 2 ਪੁਆਇੰਟ ਮਿਲਦੇ ਹੈਗੇ ਹਰ 2 ਸਾਲ ਬਾਅਦ ਔਰ ਟੋਟਲ ਇਸ ਤਰ੍ਹਾਂ ਸਾਨੂੰ 10 ਪੁਆਇੰਟ ਮਿਲ ਸਕਦੇ ਆ ਨਿਊ ਪਾਤਿਤਾ ਦੀ ਸੋ ਜਿਨ੍ਹਾਂ ਨੇ ਨਵਾਂ ਨਵਾਂ ਲਾਇਸੈਂਸ ਲਿਆ ਹੈਗਾ ਉਹਨਾਂ ਨੂੰ 3 ਪੁਆਇੰਟਸ ਮਿਲ ਸਕਦੇ ਹੈ ਕਿ ਪਹਿਲੇ 3 ਸਾਲ ਲਾਇਸੈਂਸ ਇਸ਼ੂ ਕੀਤੇ ਤੋਂ ਜੇਕਰ ਉਹ ਵੀ ਕੋਈ ਕਾਨੂੰਨ ਨਹੀਂ ਤੋੜਦੇ ਜੇਕਰ ਤੁਸੀਂ ਸਾਰੇ ਹੀ ਪੁਆਇੰਟਸ ਖੋ ਦਿੰਦੇ ਹੋ ਤੁਹਾਡੇ ਕੱਟੇ ਜਾਂਦੇ ਆ ਸੋ 20 ਦੇ 20 ਹੀ ਪੁਆਇੰਟਸ ਨਹੀਂ ਰਹਿ ਗਏ ਫਿਰ ਤੁਹਾਡਾ ਰਿਵੀਜ਼ਨ ਕੀਤਾ ਜਾਂਦਾ ਪਤੈਂਤੇ ਦਾ ਮਤਲਬ ਕਹਿਣ ਦਾ ਇਹ ਕਿ ਤੁਹਾਨੂੰ ਦੁਬਾਰਾ ਤੋਂ ਥਿਊਰੀ ਦਾ ਟੈਸਟ ਦੇਣਾ ਪੈਣਾ ਹੈ ਜਾਂ ਤੁਹਾਡਾ ਮੈਡੀਕਲ ਚੈੱਕਅਪ ਹੋਵੇਗਾ ਜਾਂ ਤੁਹਾਨੂੰ ਦੋਨੋਂ ਹੀ ਚੈੱਕਅਪ ਕਰਵਾਉਣੇ ਪੈਣੇ ਸੋ ਤੁਹਾਨੂੰ ਥਿਊਰੀ ਦਾ ਟੈਸਟ ਵੀ ਦੇਣਾ ਪੈਣਾ ਔਰ ਮੈਡੀਕਲ ਚੈੱਕਅਪ ਵੀ ਕਰਵਾਉਣਾ ਪੈਣਾ ਸੋ ਇਹ ਸੀਗਾ ਇੱਕ ਛੋਟਾ ਜਿਹਾ ਵੀਡੀਓ ਜਿਹਦੇ ਵਿੱਚ ਅਸੀਂ ਪੁਆਇੰਟਸ ਬਾਰੇ ਗੱਲ ਕਰਦੇ ਹਾਂ ਉਮੀਦ ਕਰਦੇ ਹਾਂ ਇਸ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨਸ ਮਿਲੀਆਂ ਹੋਣ ਤਾਂ ਕਿ ਤੁਸੀਂ ਆਪਣੇ ਲਾਇਸੈਂਸ ਦੇ ਪੁਆਇੰਟਸ ਜਾ ਕੇ ਚੈੱਕ ਕਰ ਸਕੋ ਹਮੇਸ਼ਾ ਹੀ ਜਿਹੜੀ ਡਰਾਈਵਿੰਗ ਹੈ ਇਹਨੂੰ ਬੜੀ ਸਾਵਧਾਨੀ ਦੇ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਤੁਸੀਂ ਆਪਣੀ ਜਾਨ ਨੂੰ ਵੀ ਰਿਸਕ ਦੇ ਵਿੱਚ ਪਾ ਸਕਦੇ ਹੈਗੇ ਔਰ ਦੂਸਰਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹੋ ਸੋ ਹਮੇਸ਼ਾ ਹੀ ਆਰਾਮ ਦੇ ਨਾਲ ਔਰ ਸਾਵਧਾਨੀ ਦੇ ਨਾਲ ਡਰਾਈਵ ਕਰਿਆ ਕਰੋ ਅਸੀਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਤੁਸੀਂ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਹਾਨੂੰ ਸਾਡੇ ਕੋਰਸਿਸ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਜਿਹੜੇ ਫੋਨ ਨੰਬਰ ਲਿਖੇ ਹੋਏ ਔਰ ਜਿਹੜੇ ਟਾਈਮਿੰਗਸ ਲਿਖੇ ਹੋਏ ਉਹਨਾਂ ਦੇ ਵਿੱਚ ਕਾਲ ਕਰ ਸਕਦੇ ਹਾਂ ਕਿਉਂਕਿ ਬਾਕੀ ਦਿਨਾਂ ਦੇ ਵਿੱਚ ਔਰ ਬਾਕੀ ਟਾਈਮ ਦੇ ਵਿੱਚ ਸਾਡਾ ਫੋਨ ਰੀਚੇਬਲ ਨਹੀਂ ਹੁੰਦਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਅਸੀਂ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ